ਪ੍ਰੈਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਰਜਿਸਟਰਡ ਭਾਰਤ ਸਰਕਾਰ ਦੀ ਪੰਜਾਬ ਇਕਾਈ ਦੇ ਮੈਂਬਰਾਂ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿਚ ਅੱਜ ਪੰਜਾਬ ਸਰਕਾਰ ਦੀਆਂ ਪੱਤਰਕਾਰ ਮਾਰੂ ਨੀਤੀਆਂ ਅਤੇ ਲੋਕ ਸੰਪਰਕ ਵਿਭਾਗ ਦੀ ਨਲੈਕੀ ਦੇ ਕਾਰਨ ਪੱਤਰਕਾਰਾਂ ਦੇ ਪੀਲੇ ਕਾਰਡ ਕੱਟੇ ਜਾਣ ਦੇ ਰੋਸ ਦੇ ਤਹਿਤ ਜ਼ਿਲ੍ਹਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਮੰਗ ਪੱਤਰ ਦਿੱਤਾ। ਪ੍ਰੈਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਰਜਿਸਟਰਡ ਨੇ ਪ੍ਰਧਾਨ ਸੰਜੀਵ ਪੁੰਜ ਦੀ ਅਗਵਾਈ ਦੇ ਵਿਚ ਪੱਤਰਕਾਰਾਂ ਨੇ ਕਾਲੀਆਂ ਪੱਟੀਆਂ ਬੰਨ ਕੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਜ਼ੋਰਦਾਰ ਨਾਅਰੇਬਾਜ਼ੀ ਕਰਕੇ ਪੰਜਾਬ ਸਰਕਾਰ ਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਖਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ ਵਰ੍ਹੇ ਜ਼ਿਲ੍ਹਾ ਅੰਮ੍ਰਿਤਸਰ ਦੇ ਵਿਚ 450 ਦੇ ਕਰੀਬ ਪੱਤਰਕਾਰਾਂ ਨੂੰ ਸੂਚਨਾ ਤੇ ਲੋਕ ਸੰਪਰਕ ਵਿਭਾਗ ਨੇ ਪੀਲੇ ਕਾਰਡ ਜਾਰੀ ਕੀਤੇ ਸਨ। ਇਸ ਸਾਲ ਇਸ ਗਿਣਤੀ ਨੂੰ ਘਟਾ ਕੇ 146 ਦੇ ਕਰੀਬ ਕਰ ਦਿੱਤਾ ਗਿਆ। ਇਸ ਨਾਲ ਪੱਤਰਕਾਰਾਂ ਦੇ ਵਿਚ ਭਾਰੀ ਰੋਸ ਹੈ। ਜਥੇਬੰਦੀ ਦੇ ਪ੍ਰਧਾਨ ਪੁੰਜ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਸਮੇਂ ਪੱਤਰਕਾਰਾਂ ਦੇ ਨਾਲ ਕਈ ਵਾਅਦੇ ਕੀਤੇ ਸਨ ਪਰ ਉਨ੍ਹਾਂ ਨੂੰ ਅੰਜਾਮ ਨਹੀਂ ਦਿੱਤਾ। ਇਨ੍ਹਾਂ ਵਾਅਦਿਆਂ ਦੇ ਵਿਚ ਪੱਤਰਕਾਰਾਂ ਨੂੰ ਟੋਲ ਟੈਕਸ ਤੋਂ ਮੁਕਤ ਕਰਨਾ, ਫ੍ਰੀ ਬੱਸ ਸਫ਼ਰ ਮੁੱਖ ਸਨ ਜੋ ਕਿ ਪੂਰੀ ਤਰ੍ਹਾਂ ਦੇ ਨਾਲ ਲਾਗੂ ਨਹੀਂ ਹੋਇਆ ਅਤੇ ਨਾ ਹੀ ਕਿਸੇ ਟੋਲ ਪਲਾਜ਼ਾ ਨੂੰ ਕੋਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ। ਜਥੇਬੰਦੀ ਦੇ ਸੀਨੀਅਰ ਆਗੂ ਜੋਗਿੰਦਰ ਜੋੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਪੱਤਰਕਾਰ ਮਾਰੂ ਨੀਤੀਆਂ ਨੇ ਮੀਡੀਆ ਤੇ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਅੱਜ ਦਾ ਜਿਹੜਾ ਪ੍ਰੋਟੈਸਟ ਅਸੀਂ ਪੱਤਰਕਾਰਾਂ ਦੇ ਜਿਹੜੇ ਹੱਕਾਂ ਤੇ ਡਾਕੇ ਮਾਰ ਰਹੀ ਹੈ ਪੰਜਾਬ ਸਰਕਾਰ, ਉਸ ਸੰਬੰਧ ਵਿੱਚ ਦੇ ਰਹੇ ਹਾਂ। ਕਾਂਗਰਸ ਸਰਕਾਰ ਨੇ ਪੱਤਰਕਾਰਾਂ ਨਾਲ ਬੜਾ ਧੱਕਾ ਕੀਤਾ ਹੈ। ਸਾਡੇ ਨਾਲ ਚੋਣਾਂ ਸਮੇਂ ਬੜੇ ਵਾਅਦੇ ਕੀਤੇ, ਸਾਨੂੰ ਝੂਠੇ ਲਾਰੇ ਲਾ ਕੇ ਪੱਤਰਕਾਰਾਂ ਨੂੰ ਗੁੰਮਰਾਹ ਕਰਕੇ ਆਪਣੀ ਸਰਕਾਰ ਤੇ ਬਣਾ ਲਈ। ਟੋਲ ਟੈਕਸ ਤੋਂ ਮੁਕਤ ਕਰਨ ਦਾ ਸਾਡਾ ਜਿਹੜਾ ਇਹਨਾਂ ਨੇ ਬੜਾ ਵਾਅਦਾ ਕੀਤਾ ਸੀਗਾ, ਇਹ ਵੱਡਾ ਵਾਅਦਾ ਜਿਹੜਾ ਵਾ ਸਭ ਤੋਂ ਪਹਿਲਾਂ ਉੱਥੋਂ ਹੀ ਇਹ ਫਿਰ ਚੁੱਕੇ ਨੇ। ਟੋਲ ਟੈਕਸ ਕਿਸੇ ਵੀ ਟੋਲ ਪਲਾਜ਼ਾ ਤੋਂ ਜਿਹੜਾ ਸਾਨੂੰ ਮੁਕਤ ਨਹੀਂ ਕੀਤਾ ਗਿਆ। ਇੱਧਰ ਕੱਥੂ ਨੰਗਲ ਦਾ, ਉਹਦੇ ਕੱਥੂ ਨੰਗਲ ਤੋਂ ਟੋਲ ਟੈਕਸ ਜਿਹੜਾ ਵਾ ਅਸੀਂ ਪਾਰ ਨਹੀਂ ਕਰ ਸਕਦੇ 10 ਕਿਲੋਮੀਟਰ ਦੇ ਬਾਹਰ। ਇੱਧਰ ਅਟਾਰੀ ਵਾਲੀ ਸਾਈਡ ਤੇ ਜਾਈਏ ਤੇ ਉੱਧਰ ਟੋਲ ਟੈਕਸ ਤੋਂ ਮਾਫ਼ ਨਹੀਂ ਕੀਤਾ ਗਿਆ। ਪੰਜਾਬ ਦੇ ਜਿੰਨੇ ਵੀ ਟੋਲ ਪਲਾਜ਼ਾ ਨੇ, ਜਿੰਨੇ ਵੀ ਟੋਲ ਟੈਕਸ ਹੈਗੇ ਨੇ, ਸਾਰੇ ਦੇ ਪੱਤਰਕਾਰਾਂ ਨੂੰ ਟੋਲ ਟੈਕਸ ਲੱਗ ਰਿਹਾ। ਪੱਤਰਕਾਰ ਆਪਣੀ ਹਿੰਮਤ ਨਾਲ ਲੜ ਕੇ ਸੰਘਰਸ਼ ਕਰਕੇ ਉੱਥੋਂ ਨਿਕਲ ਜਾਵੇ ਤਾਂ ਵੱਖਰੀ ਗੱਲ ਹੈ, ਪਰ ਕਿਸੇ ਵੀ ਟੋਲ ਟੈਕਸ ਤੋਂ ਜਿਹੜਾ ਉਹਨੂੰ ਮੁਕਤ ਨਹੀਂ ਕੀਤਾ ਗਿਆ। ਇਸ ਸੰਬੰਧ ਵਿੱਚ ਅਸੀਂ ਮੰਗ ਪੱਤਰ ਦੇ ਰਹੇ ਹਾਂ। ਇਹਦੇ ਨਾਲ ਨਾਲ ਪੀਲਾ ਕਾਰਡ ਜਿਹੜਾ ਵਾ ਇੱਕ ਸ਼ਨਾਖਤ ਹੈ ਜਿਹੜੀ ਪੱਤਰਕਾਰਾਂ ਦੀ, ਉਹ ਸ਼ਨਾਖਤ ਤੋਂ ਜਿਹੜਾ ਪੱਤਰਕਾਰ ਨੂੰ ਵਾਂਝਾ ਕੀਤਾ ਜਾ ਰਿਹਾ। ਸ਼੍ਰੋਮਣੀ ਅਕਾਲੀ ਦਲ ਦੇ ਸਮੇਂ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਜਿਹੜਾ 450 ਤੋਂ 500 ਦੇ ਕਰੀਬ ਪੱਤਰਕਾਰਾਂ ਦਾ ਜਿਹੜਾ ਸੀਗਾ ਉਹ ਪੀਲਾ ਕਾਰਡ ਬਣਾਇਆ ਗਿਆ ਸੀਗਾ, ਸ਼ਨਾਖਤੀ ਕਾਰਡ, ਜਿਹਦੇ ਨਾਲ ਪੱਤਰਕਾਰ ਕੋਈ ਸਰਕਾਰੀ ਪ੍ਰੈਸ ਕਾਨਫਰੰਸ ਆ ਜਾਂ ਕੋਈ ਲੀਡਰ ਆ ਰਿਹਾ ਕੋਈ ਜਿਹਦੇ ਵਿੱਚ ਐਂਟਰੈਂਸ ਜਿਹੜੀ ਉਸ ਕਾਰਡ ਨਾਲ ਹੀ ਹੁੰਦੀ ਹੈ, ਉਹ ਕਾਰਡ ਨਾ ਬਣਨ ਦੇ ਕਰਕੇ ਪੱਤਰਕਾਰਾਂ ਨੂੰ ਬੜੀਆਂ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ। ਇਹ ਕਾਰਡ ਬਣਾਉਣ ਵਾਸਤੇ ਪੱਤਰਕਾਰ ਜਿਹੜੇ ਨੇ ਉਹ ਤਰਨੋ ਮਸੀ ਹੋ ਰਹੇ ਨੇ ਅਤੇ ਸਰਕਾਰ ਜਿਹੜੀ ਹੈ ਉਹਨਾਂ ਦੇ ਕੰਨਾਂ 'ਤੇ ਯੂਨ ਹੀ ਜਿਹੜੀ ਰੇਂਗ ਰਹੀ। ਅਸੀਂ ਅੱਜ DC ਸਾਹਿਬ ਨੂੰ ਮੰਗ ਪੱਤਰ ਦੇਣ ਜਾ ਰਹੇ ਹਾਂ। ਇਸ ਮੰਗ ਪੱਤਰ ਦੇ ਵਿੱਚ ਅਸੀਂ ਜਿਹੜੀਆਂ ਸਾਡੀਆਂ ਮੰਗਾਂ ਨੇ, ਮੁੱਖ ਮੰਗਾਂ ਨੇ, ਉਹ ਅਸੀਂ ਲਿਖ ਦਿੱਤੀਆਂ ਨੇ। ਜੇਕਰ ਸਰਕਾਰ ਨੇ ਇਹ ਸਾਡੀਆਂ ਮੰਗਾਂ ਨੂੰ ਪ੍ਰਵਾਨਗੀ ਨਾ ਦਿੱਤੀ ਅਤੇ ਪ੍ਰੈਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਜੋ ਕਿ ਰਾਸ਼ਟਰ ਲੈਵਲ ਦੀ ਐਸੋਸੀਏਸ਼ਨ ਹੈ ਔਰ ਪੰਜਾਬ ਪੱਧਰ ਵਿੱਚ ਜਿਹੜੀਆਂ ਸਾਡੀਆਂ ਇਕਾਈਆਂ ਨੇ, ਪੰਜਾਬ ਪੱਧਰ 'ਤੇ ਅਸੀਂ ਅਜਿਹਾ ਸੰਘਰਸ਼ ਵਿੱਢਾਂਗੇ ਕਿ ਲੋਕ ਸਭਾ ਦੀ ਜਿਹੜੀਆਂ ਚੋਣਾਂ ਹੋਣ ਵਾਲੀਆਂ ਨੇ ਉਹਦੇ ਵਿੱਚ ਕਾਂਗਰਸ ਸਰਕਾਰ ਜਿਹੜੀ ਆ ਉਹਨੂੰ ਵੱਡਾ ਖਮਿਆਜਾ ਭੁਗਤਣਾ ਪਵੇਗਾ ਔਰ ਇਹਨਾਂ ਦੀ ਵਿਰੋਧਤਾ ਅਸੀਂ ਕਰਾਂਗੇ, ਖੁੱਲ੍ਹੇਆਮ ਕਰਾਂਗੇ। ਜਿਹੜੇ ਪੱਤਰਕਾਰਾਂ ਨੂੰ ਝੂਠੇ ਵਾਅਦੇ ਕਰ ਰਹੇ ਨੇ, ਲਾਰੇ ਲਗਾ ਰਹੇ ਨੇ,
ਉਹਨਾਂ ਨੂੰ ਨਹੀਂ ਇਹਨਾਂ ਨੇ ਉਹਨਾਂ ਨਾਲ ਵਾਅਦੇ ਕਰਕੇ ਪੂਰੇ ਕੀਤੇ ਨੇ। ਜਨਤਾ ਜਿਹੜੀ ਹੈ, ਆਮ ਜਨਤਾ ਜਿਹੜੀ ਹੈ, ਉਹਨਾਂ ਨਾਲ ਜਿਹੜੇ ਵਾਅਦੇ ਕੀਤੇ ਨੇ ਉਹ ਕਿੱਥੋਂ ਪੂਰੇ ਕਰਨਗੇ। ਸੋ ਅੱਜ ਦਾ ਜਿਹੜਾ ਸਾਡਾ ਮਕਸਦ ਹੈਗਾ ਹੈ, ਅਸੀਂ ਅੱਜ ਇੱਥੇ ਇਕੱਠੇ ਹੋਏ ਹਾਂ, ਪੱਤਰਕਾਰ ਭਾਈਚਾਰਾ ਇਕੱਠਾ ਹੋਇਆ, DC ਸਾਹਿਬ ਨੂੰ ਮੰਗ ਪੱਤਰ ਦੇਵਾਂਗੇ। ਇਸ ਤੋਂ ਮਗਰੋਂ ਜੋ ਵੀ ਸਾਡੀ ਕਾਰਵਾਈ ਐਸੋਸੀਏਸ਼ਨ ਵੱਲੋਂ ਜਿਹੜਾ ਜੋ ਵੀ ਮਤਾ ਪਵੇਗਾ, ਉਹ ਐਸੋਸੀਏਸ਼ਨ ਦੇ ਸਮੂਹ ਪੱਤਰਕਾਰ ਭਾਈਚਾਰਾ ਜਿੰਨਾ ਵੀ ਮੈਂਬਰ ਆ, ਮੋਢੇ ਨਾਲ ਮੋਢਾ ਜੋੜ ਕੇ ਇਹਨਾਂ ਦੇ ਖਿਲਾਫ਼ ਅਸੀਂ ਜੋ ਵੀ ਸੰਘਰਸ਼ ਹੋਏਗਾ ਉਸਨੂੰ ਅਸੀਂ ਵਿਢਾਂਗੇ। ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਹਰਸ਼ ਪੁੰਜ ਦੀ ਰਿਪੋਰਟ।